ਬਹੁਤ ਹੀ ਕੀਮਤੀ ਪਲ ਨੇ ਆਪਣੇ ਕੋਲ। ਅੱਜ ਦਾ ਸਮਾਂ ਬਹੁਤ ਹੀ ਟਾਈਟ ਸ਼ਡਿਊਲ ਹੈ ਅਤੇ ਜਦੋਂ ਨਾਟਕਾਂ ਵਾਲੇ ਅਤੇ ਕੁਝ ਗੱਲਾਂ ਕਰਨ ਵਾਲੇ ਅਤੇ ਤਣਿਆ ਮੁੱਕਿਆਂ ਵਾਲੇ ਅਤੇ ਦਿੱਲੀ ਦੇ ਹਿੱਕ ਅਤੇ ਗੋਡਾ ਭਰਨ ਵਾਲੇ ਇਕੱਠੇ ਹੋਏ ਹੋਣ ਤਾਂ ਫਿਰ ਲਾਈਟ ਦਾ ਅਤੇ ਹੋਰ ਦਾ ਕੋਈ ਪ੍ਰੋਬਲਮ ਨਹੀਂ ਐਡੀ ਆਉਂਦੀ, ਸੈੱਟ ਹੋ ਗਿਆ। ਦੋਸਤੋ, ਬਹੁਤ ਹੀ ਬਹਾਦਰ ਮਾਈਓ, ਭੈਣੋ, ਪਿਆਰੇ ਬੱਚਿਓ, ਇਹ 40ਵੀਂ ਰਾਤ ਹੈ ਪੰਜਾਬ ਲੋਕ ਸੱਭਿਆਚਾਰਕ ਮੰਚ ਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ। 14 ਮਾਰਚ 1982 ਨੂੰ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਨਸਰਾਲੀ ਦੇ ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ ਦੀ ਨੀਂਹ ਰੱਖੀ ਸਾਡੇ ਬਾਬਾ ਬੋਹੜ ਨਾਟਕਾਂ ਦੇ ਗੁਰਸ਼ਰਨ ਭਾਜੀ ਨੇ। ਗੁਰਸ਼ਰਨ ਭਾਜੀ ਨੇ ਜ਼ੋਰਦਾਰ ਤਾੜੀ। ਸਾਡੇ ਉਸ ਬਾਬਲ ਨੇ ਸਾਡੇ ਵਾਸਤੇ ਇਹ ਨਹੀਂ ਫਿਕਰ ਕੀਤਾ ਕਿ ਮੈਂ ਇਹਨਾਂ ਵਾਸਤੇ ਕੋਈ ਜ਼ਮੀਨ ਦਾ ਟੁਕੜਾ ਛੱਡ ਕੇ ਜਾਵਾਂ, ਕੋਈ ਇਹਨਾਂ ਦੇ ਨਾਂ 'ਤੇ ATM ਕਰਾ ਕੇ ਜਾਵਾਂ, ਮੈਂ ਇਹਨਾਂ ਨੂੰ ਛਾਪ ਜਾਂ ਛੱਲੇ ਪਾ ਕੇ ਜਾਵਾਂ। ਉਹਨਾਂ ਨੇ ਜੋ ਸਾਨੂੰ ਗਹਿਣਾ ਦਿੱਤਾ, ਆਉਣ ਵਾਲੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਜਿੰਨਾ ਮਰਜ਼ੀ ਖਰਚਦੀਆਂ ਰਹਿਣ, ਜਿੰਨਾ ਖਰਚਣਗੇ ਉਨਾ ਵਾਧਾ ਹੀ ਚਲਿਆ ਜਾਊ। ਉਹਨਾਂ ਨੇ ਇੱਕ ਇਹੋ ਜਿਹਾ ਗਹਿਣਾ ਦਿੱਤਾ ਜਿਹੜਾ ਗਹਿਣਾ ਸਾਡੇ ਲੋਕਾਂ ਦੇ ਇੱਕ ਇਹੋ ਜਿਹਾ ਮੱਥੇ ਦਾ ਸੂਰਜ ਬਣ ਕੇ ਚਮਕਿਆ ਜਿਹਨੇ ਲੋਕਾਂ ਨੂੰ ਜ਼ਿੰਦਗੀ ਦਿੱਤੀ। ਗੁਰਸ਼ਰਨ ਭਾਜੀ ਨੇ ਆਵਾਜ਼ ਮਾਰਨੀ, ਮੈਂ ਨਾਟਕ ਉਦੋਂ ਤੱਕ ਸ਼ੁਰੂ ਨਹੀਂ ਕਰਾਂਗਾ ਜਦੋਂ ਤੱਕ ਪਿੰਡ ਦੀਆਂ ਮਾਵਾਂ ਅਤੇ ਭੈਣਾਂ ਪੰਡਾਲ 'ਚ ਨਹੀਂ ਆਉਣਗੀਆਂ। ਅੱਜ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਇਸ ਪੰਡਾਲ 'ਚ ਪਹਿਲਾਂ ਆ ਕੇ ਬੈਠੀ। ਗੁਰਸ਼ਰਨ ਭਾਜੀ ਨੇ ਆਵਾਜ਼ ਦੇਣੀ ਕਿ ਜਦੋਂ ਪੰਜਾਬ ਦੇ ਧੌਲਦਾੜੀਏ ਬਾਬੇ ਰੇਲਵੇ ਦੀਆਂ ਲਾਈਨਾਂ 'ਤੇ ਸਿਰ ਰੱਖ ਕੇ ਬੈਠੇ ਹੁੰਦੇ ਨੇ ਤਾਂ ਉਦੋਂ ਪੰਜਾਬ ਦੀ ਜਵਾਨੀ ਕਿੱਥੇ ਹੁੰਦੀ ਹੈ? ਆਹ ਬੈਠੀ ਹੈ ਜਵਾਨੀ ਬਾਬਾ, ਆ ਗਈ ਮੈਦਾਨ, ਆ ਗਈ ਅੱਜ ਮੈਦਾਨ। ਉਹਦੇ ਵਾਸਤੇ ਬਹੁਤ ਰਸਤੇ ਕੱਢੇ ਜਾਂਦੇ ਨੇ, ਬਹੁਤ ਚਾਬੀ ਵਾਲੇ ਖਿਡੌਣੇ ਲਿਆ ਕੇ ਛੱਡੇ ਜਾਂਦੇ ਨੇ, ਬਹੁਤ ਪੈਰਾਸ਼ੂਟ ਰਾਹੀਂ ਵਿਦੇਸ਼ਾਂ ਤੋਂ ਲਿਆ ਕੇ ਛੱਡੇ ਜਾਂਦੇ ਨੇ, ਕਈ 56 ਇੰਚ ਦੀ ਛਾਤੀ ਵਾਲੇ ਨੂੰ ਬੜਾ ਮਾਣ ਹੈ, ਬੜਾ ਹੰਕਾਰ ਚੜਿਆ ਹੋਇਆ ਹੈ ਕਿ ਸਾਰੇ ਮੁਲਕ 'ਚ ਸਿਰਫ ਜੇ ਖਿੜੂਗਾ ਤਾਂ ਇੱਕੋ ਹੀ ਫੁੱਲ ਖਿੜਨ ਦੇਵਾਂਗੇ, ਬਾਕੀ ਦੇ ਫੁੱਲ ਜਿਹੜੇ ਮਸਲ ਕੇ ਰੱਖ ਦੇਵਾਂਗੇ। 1 ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ 'ਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਇਤਿਹਾਸ ਦੇ ਝਰੋਖੇ 'ਚੋਂ ਇਹ ਗੱਲ ਦੱਸਣੀ ਚਾਹੁੰਦਾ ਦਿੱਲੀ ਦੇ ਹਾਕਮਾਂ ਨੂੰ ਕਿ ਇਹ ਭੁਲੇਖਾ ਮਸੋਲੀਨੀ ਨੇ ਵੀ ਖਾਧਾ ਸੀ ਅਤੇ ਇਹ ਭੁਲੇਖਾ ਹਿਟਲਰ ਨੇ ਵੀ ਖਾਧਾ ਸੀ, ਫਿਰ ਖੁਦਕੁਸ਼ੀ ਕਰਕੇ ਮਰਿਆ ਸੀ। ਇਹ ਜਿਹੜਾ ਭੁਲੇਖਾ ਤੁਹਾਡਾ ਕਿ ਇਸ ਮੁਲਕ ਦੇ ਅੰਦਰ ਬੁੱਧੀਜੀਵੀਆਂ ਨੂੰ ਚੁੱਕ ਕੇ ਜੇਲ੍ਹਾਂ 'ਚ ਸੁੱਟ ਦੇਣਾ, ਸਾਰੇ ਅਖਬਾਰ ਬੰਦ ਕਰਨੇ ਨੇ, ਸਾਰੀ ਕਿਸਾਨੀ ਅਤੇ ਸਾਰੇ ਮਜ਼ਦੂਰਾਂ ਦੀ ਸੰਗੀ ਦੇ ਉੱਤੇ ਗੂਠਾ ਧਰ ਦੇਣਾ ਔਰ ਇਸ ਧਰਤੀ ਦੇ ਜੰਗਲ ਜਲ ਜ਼ਮੀਨ ਵਿਦੇਸ਼ੀਆਂ ਨੂੰ ਉਡਾਨੀਆਂ ਵਾਮੀਆਂ ਨੂੰ ਫੜਾ ਦੇਣੇ ਨੇ। ਜਿਹੜਾ ਇਹ ਭੁਲੇਖਾ ਸਿਰਜਿਆ ਹੋਇਆ ਕਿ ਮਾਂ ਬੋਲੀ ਖਤਮ ਕਰਨੀ ਹੈ, ਇਤਿਹਾਸ ਖਤਮ ਕਰ ਦੇਣਾ, ਇੱਥੋਂ ਦੇ ਲੋਕਾਂ ਦੇ ਗੀਤ ਖਤਮ ਕਰਨੇ ਨੇ ਅਤੇ ਲੋਕਾਂ ਦੇ ਕੋਲੋਂ ਪਾਣੀ ਵੀ ਖੋਹ ਕੇ ਲੈ ਲੈਣਾ, ਆਕਸੀਜਨ ਵੀ ਖੋਹ ਕੇ ਲੈ ਲੈਣੀ ਆ। ਇਹਦਾ ਜਵਾਬ ਇਸ ਗੱਲ ਨਾਲ ਦੱਸਦੇ ਹਾਂ, ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਧਰਤੀ ਦੇ ਲੋਕਾਂ ਨੇ ਜਾਗਣਾ ਹੈ, ਇੱਕਜੁੱਟ ਹੋਣਾ ਹੈ, ਕਰਮਾਂ ਵਾਲਿਆਂ ਨੇ, ਬੁੱਧੀਜੀਵੀਆਂ ਨੇ,
ਤਰਕਸ਼ੀਲਾਂ ਨੇ, ਜਮਹੂਰੀ ਕਾਮਿਆਂ ਨੇ, ਮਾਵਾਂ ਤੇ ਭੈਣਾਂ ਨੇ, ਮਜ਼ਦੂਰਾਂ ਤੇ ਕਿਸਾਨਾਂ ਨੇ, ਇਹਨਾਂ ਦੇ ਚੱਲਦੇ ਕਾਫਲਿਆਂ ਨੇ ਚੁੱਕ ਕੇ ਇਹੋ ਜਿਹੇ ਹਾਕਮਾਂ ਦੀ ਮੰਜੀ ਮੁੱਦੀ ਮਾਰਨੀ ਹੈ। ਇਹ ਮੰਜੀ ਮੁੱਦੀ ਮਾਰਨ ਦਾ ਕੰਮ 4-5 ਸਾਲਾਂ ਤੋਂ ਬਾਅਦ ਜਿਹੜੇ ਚੋਣ ਨਿਸ਼ਾਨ ਫੜਾਏ ਜਾਂਦੇ ਨੇ ਉਹਦੇ ਨਾਲ ਨਹੀਂ ਹੋਣਾ। ਅਸੀਂ ਤੁਹਾਨੂੰ 40 ਸਾਲ ਤੋਂ ਇਸ ਸਟੇਜ ਤੋਂ ਕਹਿੰਦੇ ਰਹੇ, 50 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਹੋਕਾ ਦਿੰਦੇ ਹਾਂ ਕਿ ਅਸਲ ਦੇ ਵਿੱਚ ਤਾਕਤ ਜਿਹੜੀ ਹੈ ਉਹ ਵਿਧਾਨ ਸਭਾ 'ਚ ਨਹੀਂ ਹੈ, ਅਸਲ ਤਾਕਤ ਪਾਰਲੀਮੈਂਟ 'ਚ ਨਹੀਂ ਹੈ, ਅਸਲ ਤਾਕਤ ਅਡਾਨੀਆਂ ਅੰਬਾਨੀਆਂ ਟਾਂਡਿਆਂ ਬਾਟਿਆਂ ਅਤੇ ਬਿਰਲਿਆਂ ਦੇ ਕੋਲ ਹੈ, ਅਸਲ ਤਾਕਤ WTO ਦੇ ਕੋਲ ਹੈ, ਅਸਲ ਤਾਕਤ ਵਿਸ਼ਵ ਬੈਂਕ ਕੋਲ ਹੈ, ਅਸਲ ਤਾਕਤ ਅਮਰੀਕਾ ਅਤੇ ਜੂਨੀ ਦੇ ਯਾਰਾਂ ਦੇ ਕੋਲ ਹੈ। ਇਹ ਪ੍ਰਾਪਰਟੀ ਡੀਲਰ ਨੇ, ਸਰਕਾਰਾਂ ਨਹੀਂ ਹੈ। ਇਹ ਸਰਕਾਰਾਂ ਉਹਨਾਂ ਦੀ ਚਾਕਰੀ ਕਰਦੀਆਂ ਨੇ, ਦਲਾਲੀ ਖਾਂਦੀਆਂ ਨੇ, ਮੁਲਕ ਨੂੰ ਵੇਚ ਕੇ ਮੁਲਕ ਦੇ ਲੋਕਾਂ ਦੀ ਕਮਾਈ ਨਾਲ ਖੇਡਦੇ ਨੇ। ਇਹ ਖੇਡਣ ਵਾਲੇ ਲੋਕਾਂ ਦੇ ਬਦਲ ਦੇ ਵਿੱਚ ਇਹੋ ਜਿਹੇ ਗੀਤ ਮੈਦਾਨ 'ਚ ਲੈਂਦੇ ਨੇ, ਇਹੋ ਜਿਹੇ ਨਾਟਕ ਲੈ ਕੇ ਆਉਂਦੇ ਨੇ। ਪੰਜਾਬ ਲੋਕ ਸੱਭਿਆਚਾਰਕ ਮੰਚ ਨੇ ਮੱਥਾ ਲਾਇਆ ਹਰੇਕ ਤਾਕਤ ਦੇ ਨਾਲ, ਉਹ ਭਾਵੇਂ ਇਸ ਧਰਤੀ ਦੇ ਉੱਤੇ ਸੱਭਿਆਚਾਰ ਇਸ ਗੱਲ ਦਾ ਗਵਾਹ ਆ, ਭਾਵੇਂ ਉਹ ਐਮਰਜੈਂਸੀ ਆਈ, ਭਾਵੇਂ ਇੱਥੇ ਦਿਨੇ ਰਾਤ ਪੈ ਜਾਂਦੀ ਰਹੀ, ਤਲਾਸ਼ੀ ਦੇ ਕੇ ਲੋਕ ਇੱਥੇ ਖਾੜੇ ਪੁੱਟ ਦਿੰਦੇ ਸੀ, ਤਾਂ ਵੀ ਇਹ ਭਰਦੇ ਰਹੇ ਨੇ। ਤੇ ਜਿਹਨਾਂ ਲੋਕਾਂ ਨੇ ਭੁਲੇਖਾ ਸਿਰਜਿਆ ਬਹੁਤ ਜ਼ਿਆਦਾ ਕਿ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇੱਥੋਂ ਦੇ ਕਵੀਆਂ ਨੂੰ, ਇੱਥੋਂ ਦੇ ਲੇਖਕਾਂ ਨੂੰ, ਇੱਥੋਂ ਦੇ ਬੁੱਧੀਜੀਵੀਆਂ ਨੂੰ ਕਤਲ ਕੀਤਾ ਗਿਆ। ਉਹਨਾਂ ਦਾ ਕਾਦਰਾਂ ਦਾ ਸਰਦਾਰ ਜਦੋਂ ਬਾਬਾ ਮਰਿਆ ਤਾਂ ਉਸ ਮੌਕੇ ਕੀਰ ਨੇ ਪਾਏ, ਸਾਰੀ ਪ੍ਰੈਸ ਨੇ, ਸਾਰੇ ਟੈਲੀਵਿਜ਼ਨਾਂ ਨੇ, ਜੋ ਲੜੀ ਗੁੱਜੀ ਆ ਸਾਰੀ ਚੱਲ ਕੇ ਗਈ ਹੈ ਉਹਨਾਂ ਦੇ ਘਰਾਂ ਨੂੰ ਗੋਡੀਆਂ ਲਵਾਉਣ ਵਾਸਤੇ, ਜਿਨ੍ਹਾਂ ਨੇ 80-80 ਸਾਲ ਦੇ ਇਨਕਲਾਬੀ ਮਾਰੇ ਨੇ, ਜੀਪਾਂ ਪਿੱਛੇ ਫੜ ਕੇ ਖਿੱਚੇ ਨੇ, ਜਿਨ੍ਹਾਂ ਨੇ ਪੂਰਾ ਦੱਦਾ ਹੂਰ ਨਹਿਰ ਵੱਢ ਕੇ ਤਬਾਹ ਕਰਨਾ ਚਾਹਿਆ ਸੀ, ਜਿਨ੍ਹਾਂ ਨੇ ਦਰਾਹੇ ਦੇ ਤਰਸੇਮ ਪਾਵੇ ਦੀਆਂ ਅੱਖਾਂ 'ਚ ਵੇਖਾਂ ਮਾਰੀਆਂ ਸੀ, ਜਿਨ੍ਹਾਂ ਨੇ ਇਸੇ ਬਾਦਲ ਦੇ ਮੌਕੇ ਦੇ ਉੱਤੇ ਸਾਡਾ ਪੈਥੀ ਭਾਰ ਰੰਧਾਵਾ ਖੋਇਆ ਸੀ। ਇਹ ਯਾਦ ਹੈ, ਪੰਜਾਬ ਦੀ ਅੱਖ ਭੁੱਲਣ ਵਾਲੀ ਨਹੀਂ ਹੈ। ਉਹ ਚਾਹੇ ਬੀਬੀ ਇੰਦਰਾ ਦਾ ਰਾਜ ਹੋਵੇ, ਉਹ ਭਾਵੇਂ ਮੋਦੀ ਦਾ ਹੋਵੇ, ਭਾਵੇਂ ਕੈਪਟਨ ਦਾ ਹੋਵੇ, ਇਹ ਕਿਰਤੀਆਂ ਤੇ ਕਿਸਾਨਾਂ ਦਾ, ਮਿਹਨਤ ਕਰਨ ਵਾਲੇ ਲੋਕਾਂ ਦਾ ਰਾਜ। ਜਿਹੜੇ ਰਾਜ ਦੀ ਗੱਲ ਮਈ ਦਿਹਾੜੇ ਦੇ ਸ਼ਹੀਦਾਂ ਨੇ ਕੀਤੀ ਸੀ, ਸ਼ਿਕਾਗੋ ਦੀ ਧਰਤੀ ਤੇ ਕੀਤੀ ਸੀ, ਜਿਹੜੀ ਗੱਲ ਜਿਹੜੀ ਹੈ ਵੀਤਨਾਮ ਦੇ ਲੋਕਾਂ ਨੇ, ਜਿਹੜੇ ਅਲਮਾਨੀਆਂ ਦੇ ਲੋਕਾਂ ਨੇ, ਰੂਸ ਤੇ ਚੀਨ ਦੇ ਲੋਕਾਂ ਨੇ ਕੀਤੀ ਸੀ। ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ ਦੇ ਉੱਤੇ ਜਦੋਂ ਅਸੀਂ ਇਹ ਰਾਤ ਆਰਾਮ ਕੀਤੀ ਤਾਂ ਕਦੇ ਅਸੀਂ ਕਾਲਿਆਂ ਵਾਲੇ ਖੂਹ ਨੂੰ, ਕਦੇ ਜਲਿਆਂ ਵਾਲੇ ਖੂਹ ਨੂੰ, ਕਦੇ ਇਸੇ ਤਰ੍ਹਾਂ ਕੂਕਾ ਲਹਿਰ ਨੂੰ, ਤੇ ਕਦੇ ਦਿੱਲੀ ਦੇ ਕਿਸਾਨ ਮੋਰਚੇ ਨੂੰ ਸਮਰਪਿਤ ਕੀਤੀ। ਇਹ ਸਾਲ ਇਹ ਰਾਤ ਅਸੀਂ ਸਮਰਪਿਤ ਕੀਤੀ ਦਲਿਤਾਂ ਦੀ ਹੂਕ ਨੂੰ, ਉਹ ਦਲਿਤ ਵੀਰ, ਉਹ ਦਲਿਤ ਭਾਈਚਾਰਾ, ਜਿਹੜਾ ਭਾਈਚਾਰਾ ਬੇਜ਼ਮੀਨਾ, ਜਿਹਨੂੰ ਜਾਤ ਦੇ ਨਾਂ ਤੇ ਦਮੂਹਾ ਨਾਗ ਡੰਗ ਮਾਰਦਾ ਹੈ, ਇਸ ਨੂੰ ਗਾਲਾਂ ਲਾਉਣ ਵਾਸਤੇ ਸਾਡਾ ਕਵੀ ਕਹਿੰਦਾ ਰਿਹਾ, ਲਿਆ ਕੰਗਲੀ ਨਸੀਬਾਂ ਨੂੰ ਫਰੋਲੀਏ ਵੇ ਤੂੜੀ ਵਿੱਚੋਂ ਪੁੱਤ ਜੱਗਿਆ। ਉਹ ਜਿਹੜੇ ਜੱਗੇ ਨੂੰ ਗਾਲ ਨਾਲ ਲਾਉਣ ਦਾ ਤੁਸੀਂ ਨਾਟਕ ਵੀ ਦੇਖਿਆ, ਉਸ ਹੋਕੇ ਨੂੰ ਅੱਜ ਦੇ ਸਮੇਂ ਦੇ ਅੰਦਰ ਪੰਜਾਬ ਲੋਕ ਸੱਭਿਆਚਾਰ ਮੰਚ ਨੇ ਤੁਹਾਡੇ ਨਾਲ ਬਹੁਤ ਹੀ ਇੱਕ ਸੈਕਿੰਡ ਦੇ ਵਿੱਚ ਹੀ ਗੱਲ ਕਰਨੀ ਹੈ, ਔਰ ਜਿਸ ਮੌਕੇ ਜਿਉਂ ਹੀ ਮੈਨੂੰ ਇਸ਼ਾਰਾ ਹੋਣਾ ਹੈ ਉਨੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਤਾਂ ਜੋ ਆਪਾਂ ਨਾਟਕਾਂ ਦੇ ਦਰਮਿਆਨ ਟਾਈਮ ਬਹੁਤਾ ਲੈ ਹੀ ਨਹੀਂ ਸਕਦੇ, ਤਾਂ ਹੀ ਆਪਣੇ ਨਾਟਕ ਪੂਰੇ ਹੋਣੇ ਨੇ। ਉਹ ਤੁਹਾਡੇ ਨਾਲ ਗੱਲ ਇਹ ਕਰਨੀ ਹੈ ਕਿ 1 ਮਈ ਦਾ ਐਡਾ ਵੱਡਾ ਨਾਟਕ ਮੇਲਾ, ਤੁਹਾਡੀ ਜਿਹੜੀ ਹੈ ਸਫਲਤਾ ਦਾ ਸਿਹਰਾ ਤੁਹਾਨੂੰ ਜਾਂਦਾ ਹੈ। ਤੁਸੀਂ ਐਡੀ ਵੱਡੀ ਗਿਣਤੀ 'ਚ ਮਾਨਸਾ ਤੋਂ, ਬਠਿੰਡਾ ਤੋਂ, ਸੰਗਰੂਰ, ਜਲੰਧਰ, ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹੋ, ਪੰਜਾਬ ਲੋਕ ਸਭੇ
ਘੱਟ ਮਹੀਨੇ ਚ ਇੱਕ ਵਾਰ ਇੱਕ ਨਾਟਕ ਇੱਕ ਗੀਤ ਸੰਗੀਤ ਤੇ ਵਿਚਾਰ ਚਰਚਾ ਹੋਣ ਲੱਗੇ ਤੇ ਜਿਹੜੇ ਚਾਰ ਚਾਰ ਫੇਰੇ ਖੋਲੇ ਨੇ ਚੱਕ ਕੇ ਛਾਪੜ ਚ ਮਾਰੀਏ ਉਹਨਾਂ ਦੀ ਥਾਂ ਦੇ ਉੱਤੇ ਆਪਣਾ ਰੰਗ ਮੰਚ ਬਣਾਈਏ ਤੇ ਸਾਡੇ ਲੋਕਾਂ ਨੂੰ ਪੀਜੀ ਆਖ ਦਈਏ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਆਉਣ ਵਾਲਾ ਕੱਲ੍ਹ ਸਾਡਾ ਹੈ ਜੰਗ ਬਹੁਤ ਜ਼ਬਰਦਸਤ ਹੋਣੀ ਹੈ ਵੱਡੇ ਜ਼ੁਲਮ ਹੋਣੇ ਨੇ ਪੰਜਾਬ ਦਾ ਕੋਈ ਪਿੰਡ ਕੋਈ ਜ਼ਿਲ੍ਹਾ ਚੌਂਕਾ ਖਾਲੀ ਨਹੀਂ ਰਹਿਣਾ ਜਿੱਥੇ ਫੌਜੀ ਬੰਦੂਕ ਲੈ ਕੇ ਨਹੀਂ ਖੜਾ ਹੋਊਗਾ ਸੀਆਰਪੀ ਫੌਜਾਂ ਵੀ ਲੱਗਣਗੀਆਂ ਵੱਡੀਆਂ ਬੰਬਾਰਮੈਂਟਾਂ ਕਰਿਆ ਕਰਨਗੇ ਪੰਜਾਬ ਰੜਕਦਾ ਹੈ ਉਹ ਬਦਲਾ ਲੈਣਾ ਚਾਹੁੰਦੇ ਨੇ ਤੇ ਮੋਦੀ ਹਕੂਮਤ ਨੂੰ ਇੱਕ ਸੁਣਸਣਾ ਮਿਲਿਆ ਹੋਇਆ ਹੈ ਆਮ ਆਦਮੀ ਦੇ ਨਾਂ ਤੇ ਅਸੀਂ ਉਸ ਸਮੇਂ ਕਿਹਾ ਸੀ ਇਸੇ ਸਟੇਜ ਤੋਂ ਕਿ ਪੰਜਾਬ ਦੇ ਲੋਕੋ ਆਰ ਐਸ ਐਸ ਦੀ ਭਾਜਪਾ ਦੀ ਬੀ ਟੀਮ ਆਮ ਆਦਮੀ ਪਾਰਟੀ ਲੜਦੇ ਰਹਾਂਗੇ
ਉਹ ਇਹੀ ਕੁਛ ਕਰਦੇ ਰਹਿਣਗੇ ਕੀ ਕੰਮ ਇੱਦਾਂ ਹੀ ਚੱਲਦਾ ਰਹੂ ਨਹੀਂ ਇਹ ਪਾਸਾ ਪਰਤਣਾ ਹੇਠਲੀ ਉੱਪਰ ਲੈ ਕੇ ਆਉਣੀ ਹੈ ਹੇਠਲੀ ਉੱਪਰ ਲੈ ਕੇ ਆਉਣ ਲਈ 100 ਚੋਂ 110 ਨੰਬਰ ਲੈਣੇ ਪੈਣੇ ਨੇ ਪਾਸ ਨੰਬਰਾਂ ਤੇ ਖੜੇ ਹਾਂ ਜੀ ਆਪਾਂ ਪਾਸ ਹੋਣ ਦੇ ਨੰਬਰ ਲੈ ਕੇ ਉਹ ਹਾਜ਼ਰ ਹੋ ਚੁੱਕੇ ਨੇ।